ਜਿਨੇ ਵਕਤ ਨੂੰ ਵਕਤ ਪਾਰ ਰੱਖਿਆ ਜੱਟ ਤੁਰਦੀ ਫਿਰਦੀ ਮੌਤ ਐ ਉਹ ਇਕੱਠੇ ਹੋ ਕੇ ਵੀ ਕੁਛ ਨਹੀਂ ਤੇ ਜੱਟ ਇਕੱਲਾ ਹੀ ਬਹੁਤ ਐ ਮੁੱਸੇ ਵਾਲੇ ਨੇ ਉਹਨਾਂ ਲਈ ਸਪੈਸ਼ਲ ਵੀਡੀਓ ਬਣਾਈ ਕਿ ਬਾਲੇ ਜਿਹੜੇ ਬੁੱਧੀਜੀਵੀ ਨੇ ਆਲੋਚਕ ਨੇ ਸੱਭਿਆਚਾਰੀ ਨੇ ਉਹ ਇਸ ਐਲਬਮ ਤੋਂ ਦੂਰ ਰਹਿਣ ਤੁਹਾਨੂੰ ਇਹ ਪਸੰਦ ਨਹੀਂ ਆਉਣੀ ਤੁਹਾਡੇ ਲਈ ਬਣੀ ਨਹੀਂ ਇਸ ਕਰਕੇ ਨਾਲ ਸੁਣੋ ਪਰ ਦੇਖ ਲਓ ਲੀਰਾਂ ਹੜਦੀਆਂ ਕਿਤੇ ਸਤ ਸ੍ਰੀ ਅਕਾਲ ਦੋਸਤੋ ਟਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਦੋਸਤੋ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਨਾਲ ਜੁੜੀ ਵੱਡੀ ਅਪਡੇਟ ਦੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਆਪਣੀ ਐਲਬਮ ਦੀ ਰਿਲੀਜ਼ ਡੇਟ 15 ਮਈ ਅਨਾਉਂਸ ਕੀਤੀ ਸੀ ਤਾਂ ਉਸ ਤੋਂ ਕੁਝ ਟਾਈਮ ਬਾਅਦ ਹੀ ਪੰਜਾਬੀ ਸਿੰਗਰ ਕਰਨ ਔਜਲਾ ਨੇ ਵੀ ਐਲਾਨ ਕੀਤਾ ਸੀ ਕਿ ਉਹ 16 ਮਈ ਨੂੰ ਕੋਈ ਖਾਸ ਅਨਾਉਂਸਮੈਂਟ ਕਰੇਗਾ ਤੇ ਦੋਸਤੋ ਅੱਜ ਕਰਨ ਔਜਲਾ ਨੇ ਆਪਣੀ ਐਲਬਮ ਬੈਗ ਦਾ ਫੱਕ ਅਪ ਦਾ ਐਲਾਨ ਆਪਣੇ ਸੋਸ਼ਲ ਮੀਡੀ ਦਿੱਤਾ ਹੈ ਦੋਸਤੋ ਅਜੇ ਕੁਝ ਹੀ ਮਿੰਟ ਹੋਏ ਸਨ ਐਲਬਮ ਦਾ ਪੋਸਟ ਰੀਲੀਜ਼ ਕੀਤਾ ਨੂੰ ਕਿ ਕਰਨ ਔਜਲਾ ਤੇ ਇਲਜ਼ਾਮ ਵੀ ਲੱਗਣੇ ਸ਼ੁਰੂ ਹੋ ਗਏ ਕਿ ਕਰਨ ਔਜਲਾ ਨੇ ਇਹ ਐਲਬਮ ਦਾ ਨਾਮ ਕਾਪੀ ਕੀਤਾ ਹੈ ਦੋਸਤੋ ਕਰਨ ਔਜਲਾ ਦੀ ਐਲਬਮ ਦਾ ਨਾਮ ਹਾਲੀਵੁੱਡ ਐਲਬਮ ਨਾਲ ਮੈਚ ਹੋ ਰਿਹਾ ਹੈ ਜੋ ਕਿ ਕਈ ਸਾਲ ਪਹਿਲਾਂ 1993 ਵਿੱਚ ਆਈ ਸੀ ਤੇ ਦੋਸਤੋ ਇਸ ਐਲਬਮ ਦੇ ਸਿੰਗਰ ਔਨਿਕਸ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਦੋਸਤੋ ਜਦੋਂ ਇੱਕ ਫੈਨ ਨੇ ਓਨਿਕਸ ਦੀ ਪੋਸਟ ਥੱਲੇ ਕਮੈਂਟ ਕੀਤਾ ਕਿ ਕਾਪੀਰਾਈਟ ਤਾਂ ਓਨਿਕਸ ਨੇ ਵੀ ਰਿਪਲਾਈ ਕਰਦੇ ਹੋਏ ਲਿਖਿਆ ਕਿ ਰਾਈਟ ਦੋਸਤੋ ਇੱਥੇ ਇਹ ਵੀ ਦੱਸ ਦਈਏ ਕਿ ਇੰਸਟਾਗ੍ਰam ਰੀਲਸ ਤੇ ਪਹਿਲਾਂ ਹੀ ਇਸ ਹੈਸ਼ਟੈਗ ਤੇ 5000 ਤੋਂ ਵੱਧ ਪੋਸਟਾਂ ਵੀ ਮੌਜੂਦ ਹਨ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕਰਨ ਔਜਲਾ ਨੇ ਕਾਪੀ ਕੀਤੀ ਹੈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਅਪਡੇਟ ਲਈ ਚੈਨਲ ਟੇਸ਼ਨ ਪੰਜਾਬੀ ਲਾਈਵ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ